ਬੀਤੀ ਰਾਤ ਪਿੰਡ ਸੁਰਵਿੰਡ ਵਿਖੇ ਦੋ ਨਿਹੰਗਾਂ ਸਿੰਘਾਂ ਵਿੱਚ ਆਪਸੀ ਤਕਰਾਰ ਹੋਣ ਤੋਂ ਬਾਅਦ ਇੱਕ ਨਿਹੰਗ ਵੱਲੋਂ ਦੂਜੇ ਨਿਹੰਗ ਨੂੰ ਤੇਜ਼ ਤਾਰ ਹਥਿਆਰਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਭਿੱਖੀ ਪਿੰਡ ਦੇ DSP ਰਾਜਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦਰਜ ਕਰਵਾਏ ਗਏ ਆਪਣੇ ਬਿਆਨਾਂ ਵਿੱਚ ਸੁਰਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਸਦਾ ਲੜਕਾ ਕਰਮਜੀਤ ਸਿੰਘ ਜੋ ਕਿ ਤਰਨਾ ਦਲ ਵਿੱਚ ਛੋਟੇ ਹੁੰਦਿਆਂ ਤੋਂ ਹੀ ਦਿੱਤਾ ਗਿਆ ਸੀ ਅਤੇ ਬੀਤੀ ਰਾਤ ਤੋਂ ਗੁਰਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਦੇ ਘਰ ਪਿੰਡ ਸੁਰਵਿੰਡ ਭੈਣੀ ਆਇਆ ਹੋਇਆ ਸੀ ਜਿੱਥੇ ਕਿ ਪੂਰਾ ਤਰਨਾ ਦਲ ਆਇਆ ਹੋਇਆ ਸੀ ਤਾਂ ਇਸ ਦੌਰਾਨ ਕਰਮਜੀਤ ਸਿੰਘ ਸਵੇਰ ਵੇਲੇ ਆਪਣੇ ਸਿਰ ਵਿੱਚ ਕੰਘਾ ਕਰ ਰਿਹਾ ਸੀ ਤਾਂ ਇੰਨੇ ਨੂੰ ਉਸੇ ਹੀ ਦਲ ਦੇ ਨਿਹੰਗ ਸੁਰਜੀਤ ਸਿੰਘ ਪੁੱਤਰ ਮਹਿਤਾਬ ਸਿੰਘ ਨੇ ਉਸਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਕਰਮਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਨੂੰ ਦਲ ਦੇ ਹੋਰ ਵਿਅਕਤੀਆਂ ਨੇ ਮੌਕੇ 'ਤੇ ਅੰਮ੍ਰਿਤਸਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਪਹੁੰਚਾਇਆ ਜਿਹਦੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਚੱਲਿਆ ਹੈ ਕਿ ਕਰਮਜੀਤ ਸਿੰਘ ਅਤੇ ਸੁਰਜੀਤ ਸਿੰਘ ਦੋਵੇਂ ਘੋੜਸਵਾਰੀ ਕਰਦੇ ਸਨ ਅਤੇ ਸੁਰਜੀਤ ਸਿੰਘ ਹਮੇਸ਼ਾ ਹੀ ਕਰਮਜੀਤ ਸਿੰਘ ਤੋਂ ਉਸਦਾ ਘੋੜਾ ਮੰਗਦਾ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਉਸਨੇ ਆਪਣੇ ਦਿਲ ਵਿੱਚ ਇਹ ਰੰਜਿਸ਼ ਰੱਖੀ ਅਤੇ ਇਸੇ ਰੰਜਿਸ਼ ਨੂੰ ਲੈ ਕੇ ਕਰਮਜੀਤ ਸਿੰਘ ਦਾ ਕਤਲ ਕਰ ਦਿੱਤਾ। ਉੱਧਰ ਇਸ ਸੰਬੰਧੀ DSP ਭਿੱਖੀ ਪਿੰਡ ਨੇ ਕਿਹਾ ਕਿ ਉਕਤ ਮਦਈ ਦੇ ਬਿਆਨਾਂ 'ਤੇ ਸੁਰਜੀਤ ਸਿੰਘ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਉਕਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਤਰਨ ਤਾਰਨ ਤੋਂ ਪੰਜਾਬ TV ਰਿਛਪਾਲ ਪੰਨੂ ਦੀ ਰਿਪੋਰਟ। ਹਾਂਜੀ ਹਾਂਜੀ, ਇਹ ਅੱਜ ਸਾਡੇ ਪਾਸ ਜਿਹੜਾ ਵਾ ਸੁਰਿੰਦਰ ਸਿੰਘ ਪੁੱਤਰ ਵੀਰ ਸਿੰਘ ਜਿਹੜੇ ਆ ਜਲੰਧਰ ਦੇ ਰਹਿਣ ਵਾਲੇ ਆ, ਉਹਨਾਂ ਨੇ ਸਾਡੇ SHO ਕੱਚਾ ਪੱਕਾ ਇੰਸਪੈਕਟਰ ਲਖਵਿੰਦਰ ਸਿੰਘ ਪਾਸ ਜਿਹੜਾ ਕੱਚਾ ਪੱਕਾ ਆਣ ਕੇ ਜਿਹੜਾ ਇਤਲਾਹ ਦਿੱਤੀ ਸੀਗੀ ਵੀ ਉਹਨਾਂ ਦਾ ਜਿਹੜਾ ਲੜਕਾ ਸੀਗਾ ਕਰਮਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ, ਇਹ ਜਿਹੜਾ ਤਰਨਾ ਦਲ ਦੇ ਵਿੱਚ ਜਿਹੜਾ ਇਹਨਾਂ ਨੇ ਛੋਟੇ ਹੁੰਦੇ ਹੀ ਇਹਨਾਂ ਨੂੰ ਸੁਖਣਾ ਦੇ ਤਹਿਤ ਇਹਨਾਂ ਦੇ ਜਿਹੜਾ ਦੇ ਦਿੱਤਾ ਸੀਗਾ ਅਤੇ ਉਹ ਜਿਹੜਾ ਕੱਲ੍ਹ ਜਿਹੜੇ ਸੀਗਾ ਸਾਰਾ ਜਿਹੜਾ ਦਲ ਸੀਗਾ ਇੱਥੇ ਸੂਰਵਿੰਡ ਆਇਆ ਹੋਇਆ ਸੀਗਾ ਵਿੱਚ ਹੀ ਉਹਨਾਂ ਦਾ ਲੜਕਾ ਕਰਮਜੀਤ ਵੀ, ਅਤੇ ਉਹਨਾਂ ਨੂੰ ਉਹ ਕਦੀ ਕਦੀ ਇਹਨਾਂ ਨੂੰ ਮਿਲਣ ਵਾਸਤੇ ਆਉਂਦੇ ਸੀ ਅਤੇ ਉਹ 3-4 ਮਹੀਨੇ ਬਾਅਦ ਇਹਨੂੰ ਇੱਥੇ ਪਿੰਡ ਮਿਲਣ ਵਾਸਤੇ ਇੱਥੇ ਪਿੰਡ ਹੀ ਦਲ ਦੇ ਵਿੱਚ ਆ ਗਏ ਸੀਗੇ। ਅਤੇ ਅੱਜ ਜਦੋਂ ਸਵੇਰੇ ਜਿਹੜਾ ਕੱਲ੍ਹ ਜਿਹੜਾ ਵਾ ਉਹਨਾਂ ਦਾ ਲੜਕਾ ਜਿਹੜਾ ਵਾ ਤਿਆਰ ਵਗੈਰਾ ਹੋ ਰਿਹਾ ਸੀਗਾ ਕਰਮਜੀਤ ਸਿੰਘ, ਅਤੇ ਉਸਦਾ ਹੀ ਇੱਕ ਸਾਥੀ ਜਿਹੜਾ ਵਾ ਦੋਸ਼ੀ ਜਿਹੜਾ ਸੁਰਿੰਦਰ ਸਿੰਘ ਪੁੱਤਰ ਵੀਰ ਸਿੰਘ ਆ, ਜਿਹੜਾ ਇਹਨਾਂ ਦੇ ਜਿਹੜਾ ਘੋੜੇ ਦੇ ਕਾਰਨ ਕੁਝ ਚਿਰ ਪਹਿਲਾਂ 20-25 ਦਿਨ ਪਹਿਲਾਂ ਇਹਨਾਂ ਦਾ ਝਗੜਾ ਹੋਇਆ ਸੀਗਾ ਆਪਸ ਵਿੱਚ ਘੋੜਸਵਾਰੀ ਦੇ ਉੱਤੋਂ, ਉਹਨੇ ਆ ਕੇ ਬਿਨਾਂ ਪੁੱਛੇ ਹੀ ਇਹਨਾਂ ਦੇ ਉੱਤੇ ਦਾਤਰ ਦੇ ਨਾਲ ਹਮਲਾ ਕਰ ਦਿੱਤਾ, ਜਿਹੜਾ ਉਹਦੇ ਗਰਦਨ ਦੇ ਉੱਤੇ ਮੂੰਹ ਦੇ ਉੱਤੇ ਬੁਰੀ ਤਰ੍ਹਾਂ ਵਾਰ ਕੀਤੇ। ਉਸ ਤੋਂ ਬਾਅਦ ਜਿਹੜਾ ਵਾ ਇਹ ਇਹਨਾਂ ਦੱਸਿਆ ਵੀ ਅਸੀਂ ਇਹਨੂੰ ਕੱਲ੍ਹ ਜਿਹੜਾ ਸ਼ਾਮੀ ਅੰਮ੍ਰਿਤਸਰ ਜਿਹੜੇ ਹੋਸਪਿਟਲ ਲੈ ਕੇ ਗਏ ਜਿੱਥੇ ਇਹਦੀ ਜਿਹੜੀ ਆ ਜ਼ਖਮਾਂ ਦੀ ਤਾਪ ਨਾ ਝੱਲਦਿਆਂ ਹੋਇਆਂ ਆਪਣਾ ਕਰਮਜੀਤ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਸੀਗੀ। ਅਤੇ ਇਹਨਾਂ ਨੇ ਫਿਰ ਸਵੇਰੇ ਆ ਕੇ ਜਿਹੜੀ ਆ ਇੱਥੇ ਇਤਲਾਹ ਦਿੱਤੀ ਜਿਹਦੇ ਬਿਆਨਾਂ ਦੇ ਉੱਤੇ ਜਿਹੜਾ ਮੁਕੱਦਮਾ ਨੰਬਰ 33 ਆ ਅੰਡਰ ਸੈਕਸ਼ਨ 302 IPC ਦਾ ਜਿਹੜਾ ਥਾਣਾ ਕੱਚਾ ਪੱਕਾ ਵਿਖੇ ਦਰਜ ਕੀਤਾ ਗਿਆ ਅਤੇ ਸਾਡੇ ਮਾਨਯੋਗ SSP ਸਾਹਿਬ ਜਿਹੜੇ ਦਰੁਮਨ ਐਚ ਨਿਬਲੇ ਉਹਨਾਂ ਦੀਆਂ ਸਖ਼ਤ ਹਦਾਇਤਾਂ ਦੇ ਉੱਤੇ ਜਿਹੜਾ ਵਾ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਜਿਹੜੀਆਂ ਵੱਖ ਵੱਖ ਟੀਮਾਂ ਬਣਾਈਆਂ ਸੀਗੀਆਂ ਜਿਹਦੇ ਤਹਿਤ ਇਹਨੂੰ ਕਤਲ ਹੋਣ ਤੋਂ ਕੁਝ ਘੰਟਿਆਂ ਦੇ ਬਾਅਦ ਹੀ ਦੋਸ਼ੀ ਜਿਹੜਾ ਸੁਰਜੀਤ ਸਿੰਘ ਪੁੱਤਰ ਮਹਿਤਾਬ ਸਿੰਘ ਵਾਸੀ ਜ਼ਿਲ੍ਹਾ ਆਪਣਾ ਥਾਂ ਪਿੰਡ ਸਕੀਰਾ ਦਾ ਜਿਹੜਾ ਵਾ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਵਾ। ਅਤੇ ਇਹ ਜਿਹੜੀ ਪੁਲਿਸ ਦੀ ਵੱਡੀ ਕਾਮਯਾਬੀ ਆ ਜਿਹੜਾ ਕੁਝ ਘੰਟਿਆਂ ਬਾਅਦ ਹੀ ਕਤਲ ਦੇ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ, ਲਾਸ਼ ਜਿਹੜੀ ਆ ਪੱਟੀ ਜਿਹੜੀ ਆ ਪੋਸਟਮਾਰਟਮ ਉਹਦਾ ਕਰਾਇਆ ਜਾ ਰਿਹਾ ਵਾ ਅਤੇ ਇਹ ਜਿਹੜੀ ਦੋਸ਼ੀ ਦੀ ਜਿਹੜੀ ਗ੍ਰਿਫਤਾਰੀ ਕਰਕੇ ਹੋਰ ਇਹਦੇ ਕੋਲ ਪੁੱਛਗਿੱਛ ਕੀਤੀ ਜਾਏਗੀ। ਸਰ ਕਿਹੜੇ ਦਲ ਨਾਲ ਸੰਬੰਧ ਰੱਖਦੇ ਜੀ? ਇਹ ਆਪਣਾ ਤਰਨਾ ਦਲ ਬਾਬਾ ਬਕਾਲ ਸਾਹਿਬ ਵਾਲਿਆਂ ਨਾਲ ਸੰਬੰਧ ਰੱਖਦੇ। ਠੀਕ, ਹਾਂਜੀ।